ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਅੱਜ ਆਪਾਂ ਕਰ ਰਹੇ ਹਾਂ ਜੀ ਲੋਕ ਸਭਾ ਦੇ ਅਗਲੇ ਪ੍ਰਸ਼ਨ। ਸਾਡਾ ਪਹਿਲਾ ਪ੍ਰਸ਼ਨ ਹੈ ਜੀ ਵਰਤਮਾਨ ਲੋਕ ਸਭਾ ਵਿੱਚ ਕਿੰਨੇ ਮੈਂਬਰ ਹਨ? ਕੁੱਲ ਮੈਂਬਰ ਹਨ ਜੀ ਵਰਤਮਾਨ ਸਮੇਂ 545। ਜੇਕਰ ਤੁਹਾਨੂੰ ਪੁੱਛਿਆ ਜਾਵੇ ਚੁਣੇ ਹੋਏ ਮੈਂਬਰ ਕਿੰਨੇ ਹਨ, ਫਿਰ ਉੱਤਰ ਆਵੇਗਾ 543। ਅਤੇ ਜੇਕਰ ਪੁੱਛਿਆ ਜਾਵੇ ਵਰਤਮਾਨ ਸਮੇਂ ਸੰਵਿਧਾਨ ਦੇ ਵਿੱਚ ਮੂਲ ਮੈਂਬਰਾਂ ਦੀ ਗਿਣਤੀ ਕਿੰਨੀ ਹੈ, ਫਿਰ ਉੱਤਰ ਆਵੇਗਾ 552। 552। ਲੋਕ ਸਭਾ ਦੀਆਂ ਸੀਟਾਂ ਦੀ ਵੰਡ ਕਿਸ ਆਧਾਰ ਉੱਪਰ ਹੁੰਦੀ ਹੈ? ਲੋਕ ਸਭਾ ਦੀਆਂ ਜੋ ਸੀਟਾਂ ਜੀ ਇਹਨਾਂ ਦੀ ਵੰਡ ਹੋਈ ਹੈ ਜਨਸੰਖਿਆ ਦੇ ਆਧਾਰ ਉੱਤੇ। ਵਰਤਮਾਨ ਲੋਕ ਸਭਾ ਦੀਆਂ ਸੀਟਾਂ ਕਿਸ ਜਨਗਣਨਾ ਉੱਪਰ ਆਧਾਰਿਤ ਹਨ? ਇਹ ਹਨ 1971 ਅਤੇ ਇਹ ਵਿਵਸਥਾ 2026 ਤੱਕ ਰਹੇਗੀ। ਚਾਹੇ ਲੋਕ ਸਭਾ ਪੁੱਛਿਆ ਜਾਵੇ ਚਾਹੇ ਵਿਧਾਨ ਸਭਾ ਪੁੱਛਿਆ ਜਾਵੇ, ਇਹਨਾਂ ਦੀ ਜੋ ਸੀਟਾਂ ਦੀ ਗਿਣਤੀ ਹੈ ਜੀ ਇਹ 2026 ਤੱਕ ਬਦਲੀ ਨਹੀਂ ਜਾਵੇਗੀ। ਹਾਂ ਜੇਕਰ ਕੋਈ ਸੋਧ ਵਗੈਰਾ ਕਰ ਲੈਂਦੇ ਫਿਰ ਤਾਂ ਬਦਲ ਸਕਦੇ ਆ। ਵੈਸੇ ਇਸੇ ਤਰ੍ਹਾਂ ਹੀ ਆਪਾਂ ਮੰਨ ਕੇ ਚੱਲੀਏ ਤਾਂ 2026 ਤੱਕ ਲੋਕ ਸਭਾ ਵਿਧਾਨ ਸਭਾ ਉਹਨਾਂ ਦੀਆਂ ਸੀਟਾਂ ਦੀ ਗਿਣਤੀ ਨਹੀਂ ਬਦਲੀ ਜਾ ਸਕਦੀ। ਦੂਜਾ ਵੱਡਾ ਰਾਜ ਜਿਸ ਦੀ ਪ੍ਰਤੀਨਿਧਤਾ ਲੋਕ ਸਭਾ ਵਿੱਚ ਵਧੇਰੇ ਹੈ ਇਹ ਹੈਗਾ ਜੀ ਮਹਾਰਾਸ਼ਟਰ। ਆਪਾਂ ਪਹਿਲੇ ਨੰਬਰ 'ਤੇ ਕੀਤਾ ਸੀ ਉੱਤਰ ਪ੍ਰਦੇਸ਼ ਯੂਪੀ, ਆਪਾਂ ਗੱਲ ਕਰ ਰਹੇ ਹਾਂ ਹੁਣ ਦੂਜੇ ਵੱਡੇ ਰਾਜ ਦੀ। ਦੋ ਨੰਬਰ 'ਤੇ ਹੈ ਜੀ ਮਹਾਰਾਸ਼ਟਰ। ਆਹ ਵਿਸ਼ਵਾਸ ਮਤ ਕਿਸ ਸਦਨ ਦੁਆਰਾ ਲਿਆਂਦਾ ਜਾਂਦਾ ਹੈ? ਇਹ ਲਿਆਂਦਾ ਜਾਂਦਾ ਜੀ ਲੋਕ ਸਭਾ ਦੁਆਰਾ ਅਤੇ ਲੋਕ ਸਭਾ ਦੇ ਵਿੱਚ ਹੀ ਲਿਆਂਦਾ ਜਾਂਦਾ। ਆਹ ਵਿਸ਼ਵਾਸ ਮਤ ਵਿਰੋਧੀ ਧਿਰ ਲੈ ਕੇ ਆਉਂਦੀ ਹੈ, ਇਸ ਦੇ ਵਿਰੁੱਧ ਜੋ ਸਰਕਾਰ ਹੁੰਦੀ ਹੈ ਉਹ ਪੇਸ਼ ਕਰਦੀ ਆ ਵਿਸ਼ਵਾਸ ਮਤ, ਇਹ ਤੁਸੀਂ ਯਾਦ ਰੱਖਣਾ। ਕਿਸ ਬਿੱਲ ਨੂੰ ਸਿਰਫ ਲੋਕ ਸਭਾ ਹੀ ਪਾਸ ਕਰ ਸਕਦੀ ਹੈ? ਵਿੱਤੀ ਬਿੱਲ ਨੂੰ। ਰਾਜ ਸਭਾ ਇਸ ਨੂੰ ਆਪਣੇ ਕੋਲ ਵੱਧ ਤੋਂ ਵੱਧ 14 ਦਿਨ ਰੋਕ ਕੇ ਰੱਖ ਸਕਦੀ ਹੈ। ਜੇਕਰ ਰਾਜ ਸਭਾ ਵਿੱਤੀ ਬਿੱਲ ਦੇ ਉੱਪਰ 14 ਦਿਨ ਕੋਈ ਕਾਰਵਾਈ ਨਹੀਂ ਕਰਦੀ ਤਾਂ ਉਸ ਨੂੰ ਉਸੇ ਰੂਪ ਦੇ ਵਿੱਚ ਹੀ ਪਾਸ ਕਰ ਦਿੱਤਾ ਜਾਂਦਾ। ਜੀਰੋ ਕਾਲ, ਜੀਰੋ ਕਾਲ ਹੁੰਦਾ ਪ੍ਰਸ਼ਨ ਉੱਤਰ ਕਾਲ। ਅਗਲੇ ਦੋਨੇ ਹੀ ਪ੍ਰਸ਼ਨ ਧਿਆਨ ਦੇ ਨਾਲ ਕਰਨਾ। ਕਾਲ ਇੰਟੈਂਸ਼ਨ ਮੋਸ਼ਨ, ਧਿਆਨ ਦਿਵਾਓ ਪ੍ਰਸਤਾਵ। ਲੋਕ ਸਭਾ ਦੇ ਜਾਰੀ ਸਮਾਗਮ ਦੇ ਵਿੱਚ, ਸਮਾਗਮ ਚੱਲ ਰਿਹਾ ਵਿੱਚ ਜਦੋਂ ਕੋਈ ਮੰਤਰੀ ਜ਼ਰੂਰੀ ਘਟਨਾ ਦੇ ਵੱਲ ਧਿਆਨ ਖਿੱਚਦਾ ਹੈ ਉਸਨੂੰ ਕਿਹਾ ਜਾਂਦਾ ਕਾਲ ਇੰਟੈਂਸ਼ਨ ਮੋਸ਼ਨ, ਧਿਆਨ ਦਿਵਾਓ ਪ੍ਰਸਤਾਵ। ਇੰਗਲਿਸ਼ ਦੇ ਵਿੱਚ ਹੀ ਯਾਦ ਕਰਿਆ ਕਰੋ, ਪੰਜਾਬੀ ਦੇ ਵਿੱਚ ਤਾਂ ਇੰਗਲਿਸ਼ ਲਿਖੀ ਆ ਸਕਦੀ ਹੈ ਪਰ ਇੰਗਲਿਸ਼ ਦੇ ਵਿੱਚ ਪੰਜਾਬੀ ਲਿਖ ਕੇ ਨਹੀਂ ਪਾਉਣਗੇ ਪ੍ਰਸ਼ਨ। ਅਗਲਾ ਹੈ ਐਡਜਰਨਮੈਂਟ ਮੋਸ਼ਨ ਜਿਸ ਨੂੰ ਕਿਹਾ ਜਾਂਦਾ ਸਤਗਨ ਪ੍ਰਸਤਾਵ। ਇਸ ਦੇ ਵਿੱਚ ਸਪੀਕਰ ਅਧਿਆਕਸ਼ ਜਿਸ ਨੂੰ ਕਿਹਾ ਜਾਂਦਾ ਤੋਂ ਕੋਈ ਮੈਂਬਰ ਜਦੋਂ ਕਿਸੇ ਖਾਸ ਜਨਤਕ ਮਹੱਤਤਾ ਵਾਲੇ ਵਿਸ਼ੇ ਦੇ ਪ੍ਰਸਤਾਵ ਨੂੰ ਦਾਖਲ ਕਰਵਾਵੇ ਤਾਂ ਇਸ ਤੋਂ ਬਾਅਦ ਸਪੀਕਰ ਸਦਨ ਦੇ ਵਿੱਚ ਬਹਿਸ ਕਰਵਾਉਂਦਾ ਅਤੇ ਮੰਤਰੀਆਂ ਦੀ ਫਿਰ ਆਲੋਚਨਾ ਕੀਤੀ ਜਾਂਦੀ ਹੈ। ਦੋਨਾਂ ਹੀ ਪ੍ਰਸ਼ਨਾਂ ਨੂੰ ਧਿਆਨ ਦੇ ਨਾਲ ਸਮਝ ਲਵੋ। ਇੱਥੇ ਜਾਰੀ ਸਮਾਗਮ ਦੇ ਵਿੱਚ ਮੰਤਰੀ ਜ਼ਰੂਰੀ ਘਟਨਾ ਦੇ ਵੱਲ ਧਿਆਨ ਖਿੱਚਦਾ, ਇੱਥੇ ਸਪੀਕਰ ਤੋਂ ਜਦੋਂ ਕੋਈ ਮੈਂਬਰ ਖਾਸ ਜਨਤਕ ਮਹੱਤਤਾ ਵਾਲੇ ਵਿਸ਼ੇ ਦੇ ਪ੍ਰਸਤਾਵ ਨੂੰ ਦਾਖਲ ਕਰਵਾ ਲੈਂਦਾ ਫਿਰ ਸਦਨ ਦੇ ਵਿੱਚ ਬਹਿਸ ਕੀਤੀ ਜਾਂਦੀ ਹੈ ਉਸ ਜਨਤਕ ਮਹੱਤਤਾ ਵਾਲੇ ਵਿਸ਼ੇ ਦੇ ਉੱਪਰ ਅਤੇ ਫਿਰ ਮੰਤਰੀਆਂ ਦੀ ਜੋ ਨੀਤੀ ਹੁੰਦੀ ਹੈ ਉਸ ਦੀ ਆਲੋਚਨਾ ਕੀਤੀ ਜਾਂਦੀ ਹੈ। ਮੋਸ਼ਨ ਆਫ ਨੋ ਕੌਨਫੀਡੈਂਸ ਹੈ ਇਹ ਹੁੰਦਾ ਅਵਿਸ਼ਵਾਸ ਪ੍ਰਸਤਾਵ। ਅਗਲਾ ਹੈ ਸੈਨ ਸ਼ੋਰ ਮੋਸ਼ਨ ਹੁੰਦਾ ਹੈ ਇਹ ਹੁੰਦਾ ਨਿੰਦਾ ਪ੍ਰਸਤਾਵ। ਅਤੇ ਜੇਕਰ ਨਿੰਦਾ ਪ੍ਰਸਤਾਵ ਕਿਸੇ ਇੱਕ ਮੰਤਰੀ ਦੇ ਵਿਰੁੱਧ ਪਾਸ ਹੋ ਜਾਵੇ ਤਾਂ ਸਾਰੀ ਦੀ ਸਾਰੀ ਮੰਤਰੀ ਪ੍ਰੀਸ਼ਦ, ਯਾਦ ਰੱਖੋ ਆਪਾਂ ਗੱਲ ਕਰ ਰਹੇ ਹਾਂ ਮੰਤਰੀ ਪ੍ਰੀਸ਼ਦ, ਨੂੰ ਆਪਣੀ ਪਦਵੀ ਤਿਆਗਣੀ ਪੈਂਦੀ ਹੈ। ਲੋਕ ਸਭਾ ਦਾ ਜਨ ਕਿਸ ਨੂੰ ਕਿਹਾ ਜਾਂਦਾ ਹੈ ਇਹ ਤੁਹਾਨੂੰ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਪ੍ਰਸ਼ਨ, ਜਾਂ ਪਹਿਲੇ ਸਪੀਕਰ ਕੌਣ ਸਨ? ਜੀ ਵੀ ਮਹਾਵਲੰਕਰ। ਲੋਕ ਸਭਾ ਦੇ ਪਹਿਲੇ ਉਪ ਅਧਿਆਕਸ਼ ਕੌਣ ਸਨ? ਇਹ ਸੀਗੇ ਜਿਸ ਨੂੰ ਕਿਹਾ ਜਾਂਦਾ ਡਿਪਟੀ ਸਪੀਕਰ, ਉਪ ਸਪੀਕਰ ਅਨੰਤ ਸੈਨਮ ਅਈਂਗਰ, ਇਹ ਵੀ ਤੁਸੀਂ ਯਾਦ ਰੱਖਣਾ। 2014 ਵਿੱਚ ਕਿੰਨਵੀਂ ਲੋਕ ਸਭਾ ਦੀਆਂ ਚੋਣਾਂ ਹੋਈਆਂ? ਇਹ ਹੋਈਆਂ ਸੀਗੀਆਂ 16ਵੀਂ ਲੋਕ ਸਭਾ ਦੀਆਂ, ਸ਼ਾਇਦ ਤੁਹਾਡੇ ਪੇਪਰ ਤੱਕ 17ਵੀਂ ਲੋਕ ਸਭਾ ਦੀਆਂ ਚੋਣਾਂ ਵੀ ਹੋ ਜਾਣ। ਅਗਲੇ ਪ੍ਰਸ਼ਨਾਂ ਨੂੰ ਧਿਆਨ ਦੇਣਾ ਸਮਝ ਲੈਣਾ ਜੀ, ਤੁਹਾਨੂੰ ਇਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ ਜਾਵੇਗਾ। ਮੁੱਖ 3 ਸੈਸ਼ਨ ਆਪਾਂ ਕਰਦੇ ਹਾਂ ਕਿ ਲੋਕ ਸਭਾ ਦੇ ਸਾਲ ਦੇ ਵਿੱਚ 2 ਸੈਸ਼ਨ ਹੋਣੇ ਜ਼ਰੂਰੀ ਹੈ, ਇਹ ਹੈਗੇ ਆ ਮੁੱਖ 3 ਸੈਸ਼ਨ। ਜੇ ਪੁੱਛਿਆ ਜਾਵੇ ਕਿੰਨੇ ਮੁੱਖ ਸੈਸ਼ਨ ਹੁੰਦੇ ਹਨ ਫਿਰ ਉੱਤਰ ਆਵੇਗਾ 3। ਜੇਕਰ ਪੁੱਛਿਆ ਜਾਵੇ ਸਾਲ ਵਿੱਚ ਕਿੰਨੇ ਸੈਸ਼ਨ ਹੋਣੇ ਜ਼ਰੂਰੀ ਹਨ ਫਿਰ ਆਵੇਗਾ 2 ਸੈਸ਼ਨ, ਕਿਉਂਕਿ ਇੱਕ ਤੋਂ ਦੂਸਰੇ ਸੈਸ਼ਨ ਦੇ ਵਿੱਚ ਵੱਧ ਤੋਂ ਵੱਧ ਸਮਾਂ ਰਹਿ ਸਕਦਾ 6 ਮਹੀਨੇ। ਇਹਨਾਂ ਸੈਸ਼ਨਾਂ ਨੂੰ ਚੰਗੀ ਤਰ੍ਹਾਂ ਸਮਝ ਲਵੋ। ਬਜਟ ਸੈਸ਼ਨ ਇਹਦਾ ਸਮਾਂ ਹੁੰਦਾ ਫਰਵਰੀ ਤੋਂ ਮਈ, ਤੁਹਾਨੂੰ ਸਮਾਂ ਵੀ ਪੁੱਛਿਆ ਜਾ ਸਕਦਾ, ਤੁਹਾਨੂੰ ਪੁੱਛਿਆ ਜਾ ਸਕਦਾ ਵੱਡਾ ਸੈਸ਼ਨ ਕਿਹੜਾ ਹੁੰਦਾ ਬਜਟ ਸੈਸ਼ਨ। ਮਾਨਸੂਨ ਸੈਸ਼ਨ ਇਹ ਹੁੰਦਾ ਜੁਲਾਈ ਤੋਂ ਸਤੰਬਰ ਤੱਕ, ਮਾਨਸੂਨ ਸੈਸ਼ਨ ਦਾ ਸਮਾਂ ਜ਼ਿਆਦਾਤਰ ਪੁੱਛਿਆ ਜਾਂਦਾ। ਵਿੰਟਰ ਸੈਸ਼ਨ ਇਹ ਹੁੰਦਾ ਸਭ ਤੋਂ ਛੋਟਾ ਸੈਸ਼ਨ,
ਇਹ ਹੁੰਦਾ ਨਵੰਬਰ ਤੋਂ ਦਸੰਬਰ ਤੱਕ। ਅਗਲੇ ਪ੍ਰਸ਼ਨ ਹੈ ਸਾਡੇ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਚਾਹੇ ਜੱਜਾਂ ਵਿਰੁੱਧ ਮਹਾਂਦੋਸ਼ ਹੋਵੇ, ਠੀਕ ਹੈ, ਇਸ ਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਨੂੰ ਬਰਾਬਰ ਸ਼ਕਤੀ ਮਿਲੀ ਹੋਈ ਹੈ ਅਤੇ ਇਸ ਤੋਂ ਬਿਨਾਂ ਜੇਕਰ ਸੰਵਿਧਾਨ ਦੇ ਵਿੱਚ ਕੋਈ ਸੋਧ ਵਗੈਰਾ ਕਰਨੀ ਹੈ ਤਾਂ ਵੀ ਲੋਕ ਸਭਾ ਅਤੇ ਰਾਜ ਸਭਾ ਨੂੰ ਇੱਕੋ ਜਿਹੀਆਂ ਸ਼ਕਤੀਆਂ ਮਿਲੀਆਂ ਹੋਈਆਂ। ਅਗਲਾ ਪ੍ਰਸ਼ਨ ਤੁਹਾਨੂੰ ਆ ਸਕਦਾ ਪੇਪਰ ਦੇ ਵਿੱਚ, ਲੋਕ ਸਭਾ ਦੀ ਇੱਕ ਸੀਟ ਹੈ ਮਿਜ਼ੋਰਮ, ਨਾਗਾਲੈਂਡ, ਸਿੱਕਮ। ਤੁਹਾਨੂੰ ਚਾਰ ਰਾਜ ਦਿੱਤੇ ਗਏ ਹੋਣਗੇ, ਤਿੰਨੇ ਹੀ ਯਾਦ ਰੱਖੋ। ਪੁੱਛਿਆ ਜਾਵੇਗਾ ਕਿਸ ਵਿੱਚ ਇੱਕ ਸੀਟ ਨਹੀਂ, ਜੇਕਰ ਤੁਹਾਡੇ ਤਿੰਨੇ ਸਹੀ ਯਾਦ ਹੋਣਗੇ ਫਿਰ ਤੁਸੀਂ ਕਰ ਸਕਦੇ ਹੋ। ਠੀਕ ਹੈ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।